ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਦੇ ਸਨਮਾਨ 'ਚ ਈਕੋ ਸਿੱਖ ਸਾਲ 2010 ਤੋਂ ਹੀ ਗੁਰਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਉਂਦਾ ਆ ਰਿਹਾ। ਇਸ ਸਾਲ ਇਸ ਸੰਸਥਾ ਨੇ 4 ਨੁਕਾਤੀ ਵਾਤਾਵਰਣ ਏਜੰਡਾ ਜਾਰੀ ਕੀਤਾ। ਪਹਿਲਾ ਪੁਆਇੰਟ ਜਿਹੜਾ ਕਿ ਸਾਡਾ ਫੋਰੈਸਟ ਕਵਰ ਜਿਹੜਾ ਪੰਜਾਬ ਦਾ ਉਹ ਸਿਰਫ 3.5% ਜੋ ਕਿ ਰਹਿ ਗਿਆ ਇੱਕ ਰਿਪੋਰਟ ਦੇ ਮੁਤਾਬਿਕ, ਉਹਨੂੰ ਵਧਾਇਆ ਜਾਵੇ ਅਤੇ ਫੋਰੈਸਟ ਕਵਰ ਜਿਹੜਾ ਉਹਨੂੰ ਇਨਕਰੀਜ਼ ਕਰਨ ਦੇ ਉਪਰਾਲੇ ਜਿਹੜੇ ਹੈ ਉਹ ਪੋਲਿਸੀ ਦੀ ਸ਼ੇਪ ਜਿਹੜੀ ਹੈ ਉਹ ਲੈਣ। ਦੂਜਾ ਜਿਹੜਾ ਪੁਆਇੰਟ ਅਸੀਂ ਗ੍ਰੀਨ ਏਜੰਡੇ ਦੇ ਅੰਤਰਗਤ ਇਹਨਾਂ ਨਾਲ ਗੱਲ ਕਰਨ ਆਇਆ ਉਹ ਹੈਗਾ ਜੀ ਕਿ ਪਾਣੀ ਦਾ ਬਚਾਅ, ਪਾਣੀ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ। ਜਿਹੜਾ 3.5 ਤੋਂ 4 ਫੁੱਟ ਪਾਣੀ ਸਾਡਾ ਪੰਜਾਬ ਦਾ ਥੱਲੇ ਜਾ ਚੁੱਕਾ, ਉਹਨੂੰ ਪਰ ਈਅਰ ਹਰ ਸਾਲ 3.5 ਤੋਂ 4 ਫੁੱਟ ਨੀਚੇ ਜਾ ਰਿਹਾ, ਇਹਨੂੰ ਵੀ ਬਚਾਉਣ ਦੇ ਉਪਰਾਲੇ ਜਿਹੜੇ ਆ ਉਹ ਕੀਤੇ ਜਾਣ, ਪਾਣੀ ਨੂੰ ਬਚਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਇਹਦੀ ਘਾਟ ਜਿਹੜੀ ਹੈ ਉਹਨੂੰ ਮਹਿਸੂਸ ਨਾ ਕਰਨ। ਤੀਜਾ ਜਿਹੜਾ ਪੁਆਇੰਟ ਸਟਬਲ ਬਰਨਿੰਗ ਦਾ, ਪਰਾਲੀ ਜਿਹੜੀ ਹੈ ਉਹ ਸਾੜੀ ਜਾਂਦੀ ਹੈ, ਉਹਨੂੰ ਬੈਨ ਨੂੰ ਪੂਰੀ ਸਖਤੀ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਹਨਾਂ ਦੇ ਆਲਟਰਨੇਟਿਵਸ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਉਹ ਇਹ ਪਰਾਲੀ ਸਾੜਨਾ ਜਿਹੜੀ ਹੈ ਉਹ ਬੰਦ ਕਰਨ। ਅਤੇ ਚੌਥਾ ਪੁਆਇੰਟ ਔਰਗੈਨਿਕ ਫਾਰਮਿੰਗ ਨੂੰ ਵਧਾਇਆ ਜਾਏ ਔਰ ਜਿਹੜੀ ਕੈਮੀਕਲਸ ਦੀ ਯੂਜ਼ ਹੈਗੀ ਹੈ, ਕੈਮੀਕਲ ਦੀ ਅਸੀਂ ਵਰਤੋਂ ਕਰਦੇ ਹਾਂ ਖੇਤੀ ਦੇ ਵਿੱਚ, ਉਹਨੂੰ ਜਿੰਨਾ ਘੱਟ ਤੋਂ ਘੱਟ ਯੂਜ਼ ਕਰੀਏ ਉਹਨਾਂ ਸਾਡੀ ਸਿਹਤ ਵਾਸਤੇ ਜਿਹੜਾ ਉਹ ਵਧੀਆ ਹੈ। ਈਕੋ ਸਿੱਖ ਸੰਸਥਾ ਨੇ ਇਸ ਮੌਕੇ ਆਪਣੀ ਬਣਾਈ ਫਿਲਮ ਦਾ ਪੋਸਟਰ ਵੀ ਜਾਰੀ ਕੀਤਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।